ਪਾਸੇ ਗੁਰੀ ਖੁਖਰਾਣੇ ਵਾਲਾ ਕਬੱਡੀ ਪਾਉਣ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ। ਦਰਸ਼ਕ ਵੀਰੋ, ਜੇ ਮੈਚ ਦਾ ਸਮਾਨ ਲੈਣਾ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ। ਆਹ ਦੇਖਦੇ ਤੇਰੇ ਪਾਸੇ ਗੁਰੀ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ, ਚਾਰ ਜਾਂ ਫਿਰ ਤੇਰੇ ਪਾਸੇ ਨੱਥੋ ਮਾਰ ਦੇ। ਆਹ ਸਾਹਮਣੇ ਗੁਰੀ ਦੀ ਪਈ ਹੋਈ ਕਬੱਡੀ ਤੇ ਆਹ ਪੁਆਇੰਟ ਜਿਹੜਾ ਠਿਕਰੀਵਾਲ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨ ਪਾਗ ਲਈ ਕਬੱਡੀ ਖੇਡ ਮੈਦਾਨ ਦੇ ਵਿੱਚ ਯਾਰ ਵੀਰ ਬਣ ਕੇ ਜਿਉਂਦੇ ਰਹੋ। ਲਓ ਮੈਨੂੰ ਅਗਲੀ ਕਬੱਡੀ ਗੁਰੀ ਅੱਖ ਖਰਾਣੇ ਵਾਲਾ, ਉਹ ਸਾਹਮਣੇ ਬਰਾਬਰ ਦੇ ਜੱਫੇ ਲੱਗਣਗੇ ਅਮਰੀਕ। ਉਹ ਸੋਹਣਿਆ ਵੀਰਾ, ਉਹ ਗੁਰੀ ਖਖਰਾਣੇ ਵਾਲਾ ਤੇ ਦੇ ਪਿੰਡਾਂ ਦਾ ਪਿਆਰ ਨਾ ਏਦਾਂ ਇੰਜੋਏ ਕਰ ਲਓ, ਕੋਈ ਗੱਲ ਨੀ, ਪਰ ਅੱਗੇ ਨਾ ਆਇਆ ਜੇ। ਲਓ ਦੇਖਾਂਗੇ ਤੇਰੇ ਪਾਸੇ ਗੁਰੀ ਖੁਫਰਾਣੇ ਵਾਲਾ ਐਨ ਕਬੱਡੀ ਪਾਉਣ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ। ਤਾਂ ਨੌਜਵਾਨਾ ਕਬੱਡੀ ਇੱਧਰ ਦੇ ਪਾਸੇ ਗੁਰੀ ਫੇਰ ਆ ਗਿਆ ਮੇਰੇ ਮਿੱਤਰੋ। ਉਹ ਸਾਹਮਣੇ ਕਹਿੰਦੇ ਖਖਰਾਣੇ ਪਿੰਡ ਦਾ ਜ਼ਿਲ੍ਹੇ ਮੋਗੇ ਵਾਲਾ ਉਹ ਗੁਰੀ ਕਬੱਡੀ ਪਾਉਣ ਦੇ ਲਈ ਵੱਧ ਗਿਆ, ਪਰ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਸਾਹਮਣੇ ਉਹ ਪੱਲੇ। ਉਹ ਸੋਹਣਿਆ ਅੜੋ ਅੜੀ ਪੈਂਦੇ ਜਦੋਂ ਪੇਚੇ ਸੋਹਣਿਆ, ਉਹ ਬਾਈ ਖੁਸ਼ ਜਦੋਂ ਹੈਗੀ ਤਾਂ ਰਵਿੰਦਰ ਜੀ ਭਰਾ ਬਣ ਕੇ ਵੀਰਾਂ ਨੂੰ ਪੁੱਛ ਗਏ ਦਰਦ ਸਪਰੇ। ਮੈਚ ਸ਼ੁਰੂ ਹੈ ਠਿਕਰੀ ਵਾਲਾ ਪਿੰਡ, ਆਪਾਂ ਦੇਖੀਏ ਇੱਕ ਪਾਸੇ ਖੇਤਾਂ ਵਾਲੇ ਪਾਸੇ ਟੀਮ ਹੋ ਗਈ ਹੈ, ਪਿੰਡ ਵਾਲੇ ਪਾਸੇ ਚੱਕ ਭਾਈ ਵਾਲੇ ਬੁੱਢੇ ਹੈ। ਆ ਕਹਿੰਦੇ ਤੇਜ ਸਰਪੰਚ ਦੇ ਪਿੰਡ ਦਾ ਨੌਜਵਾਨ ਹੈ, ਇਹਦਾ ਖੁਖਰਾਣਾ ਪਿੰਡ ਹੈ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਗੋਡੀ ਪਾਈ ਹੋਵੇ, ਮੈਚ ਲੱਗਾ ਦੇਖ ਤਾੜੀ ਦਰਸ਼ਕਾਂ ਵਜਾਈ ਹੋਵੇ, ਟੱਚ ਲਾਹਮਦਿਆਂ ਦੇ ਕੋਲੇ ਖੜਦਾ ਫੇਰ ਦਿਲ ਗੱਭਰੂ ਦਾ ਉੱਡਜੂ ਕਰਦਾ। ਆਓ ਫੇਰ ਦਿਲ ਗੱਭਰੂ ਦਾ ਉੱਡਜੂ ਕਰਦਾ ਗੁਰੀ ਦੇ ਪਾਸੇ। ਆਓ ਸਾਹਮਣੇ ਕਬੱਡੀ ਪਾ ਕੇ ਵਾਪਸ ਆ ਗਿਆ ਮੇਰੇ ਮਿੱਤਰੋ। ਐਨ ਚੋਟੀ ਦਾ ਮੈਚ ਜਿਹੜਾ ਸ਼ੁਰੂ ਹੋ ਗਿਆ ਖੇਡ ਮੈਦਾਨ ਦੇ ਵਿੱਚ, ਦੋ ਟੀਮਾਂ ਦੇ ਦਰਮਿਆਨ ਐਨ ਤਗੜੀ ਝਪਟ ਜਿਹੜੀ ਹੋਵੇਗੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਲਓ ਦੇਖਦੇ ਵੀ ਕਮਾਲ ਨੌਜਵਾਨ, ਆਹ ਦੋ ਦੋ ਕਬੱਡੀਆਂ ਪੈ ਗਈਆਂ ਮੇਰੇ ਮਿੱਤਰੋ। ਲਓ ਗੁਰੀ ਨੌਜਵਾਨ ਖੁਖਰਾਣੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਚਾਰ ਜਾਫੀ ਬਿਲਕੁਲ ਤਿਆਰ ਪੁਰ ਤਿਆਰ ਨੇ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ, ਮਾਰ ਮਾਰ ਧੌਣਾ ਪੈਣਾ, ਕੱਢਣਗੇ ਅੱਜ ਅੱਗ ਬਈ। ਐਨ ਅੱਗ ਨਿਕਲੀ ਜਿੰਨੇ ਮੈਚ ਹੋਏ ਚੋਟੀ ਦੇ ਹੋਏ ਹੈ। ਲਓ ਸਾਹਮਣੇ ਕਮਾਲ, ਪਾਸੇ ਗੁਰੀ ਖੁਖਰਾਣੇ ਵਾਲਾ ਕਬੱਡੀ ਪਾਉਣ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ। ਦਰਸ਼ਕ ਵੀਰੋ, ਜੇ ਮੈਚ ਦਾ ਸਮਾਨ ਲੈਣਾ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ। ਆਹ ਦੇਖਦੇ ਤੇਰੇ ਪਾਸੇ ਗੁਰੀ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ, ਚਾਰ ਜਾਂ ਫਿਰ ਤੇਰੇ ਪਾਸੇ ਨੱਥੋ ਮਾਰ ਦੇ। ਆਹ ਸਾਹਮਣੇ ਗੁਰੀ ਦੀ ਪਈ ਹੋਈ ਕਬੱਡੀ ਤੇ ਆਹ ਪੁਆਇੰਟ ਜਿਹੜਾ ਠਿਕਰੀਵਾਲ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨ ਪਾਗ ਲਈ ਕਬੱਡੀ ਖੇਡ ਮੈਦਾਨ ਦੇ ਵਿੱਚ ਯਾਰ ਵੀਰ ਬਣ ਕੇ ਜਿਉਂਦੇ ਰਹੋ। ਲਓ ਮੈਨੂੰ ਅਗਲੀ ਕਬੱਡੀ ਗੁਰੀ ਅੱਖ ਖਰਾਣੇ ਵਾਲਾ, ਉਹ ਸਾਹਮਣੇ ਬਰਾਬਰ ਦੇ ਜੱਫੇ ਲੱਗਣਗੇ ਅਮਰੀਕ। ਉਹ ਸੋਹਣਿਆ ਵੀਰਾ, ਉਹ ਗੁਰੀ ਖਖਰਾਣੇ ਵਾਲਾ ਤੇ ਦੇ ਪਿੰਡਾਂ ਦਾ ਪਿਆਰ ਨਾ ਏਦਾਂ ਇੰਜੋਏ ਕਰ ਲਓ, ਕੋਈ ਗੱਲ ਨੀ, ਪਰ ਅੱਗੇ ਨਾ ਆਇਆ ਜੇ। ਲਓ ਦੇਖਾਂਗੇ ਤੇਰੇ ਪਾਸੇ ਗੁਰੀ ਖੁਖਰਾਣੇ ਵਾਲਾ ਐਨ ਕਬੱਡੀ ਪਾਉਣ ਲਈ ਵਧੇਗਾ ਖੇਡ ਮੈਦਾਨ ਦੇ ਵਿੱਚ। ਤਾਂ ਨੌਜਵਾਨਾ ਕਬੱਡੀ ਇੱਧਰ ਦੇ ਪਾਸੇ ਗੁਰੀ ਫੇਰ ਆ ਗਿਆ ਮੇਰੇ ਮਿੱਤਰੋ। ਉਹ ਸਾਹਮਣੇ ਕਹਿੰਦੇ ਖਖਰਾਣੇ ਪਿੰਡ ਦਾ ਜ਼ਿਲ੍ਹੇ ਮੋਗੇ ਵਾਲਾ ਉਹ ਗੁਰੀ ਕਬੱਡੀ ਪਾਉਣ ਦੇ ਲਈ ਵੱਧ ਗਿਆ, ਪਰ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਸਾਹਮਣੇ ਉਹ ਪੱਲੇ। ਉਹ ਸੋਹਣਿਆ ਅੜੋ ਅੜੀ ਪੈਂਦੇ ਜਦੋਂ ਪੇਚੇ ਸੋਹਣਿਆ, ਉਹ ਬਾਈ ਖੁਸ਼ ਜਦੋਂ ਹੈਗੀ ਤਾਂ ਰਵਿੰਦਰ ਜੀ ਭਰਾ ਬਣ ਕੇ ਵੀਰਾਂ ਨੂੰ ਪੁੱਛ ਗਏ ਦਰਦ ਸਪਰੇ। ਮੈਚ ਸ਼ੁਰੂ ਹੈ
ਠਿੱਕਰੀ ਵਾਲਾ ਪਿੰਡ ਆਪਾਂ ਦੇਖੀਏ, ਇੱਕ ਪਾਸੇ ਖੇਤਾਂ ਵਾਲੇ ਪਾਸੇ ਟੀਮ ਹੋ ਗਈ ਹੈ, ਪਿੰਡ ਵਾਲੇ ਪਾਸੇ ਚੱਕ ਭਾਈ ਵਾਲੇ ਬੁੱਢੇ ਹੈ, ਆ ਕਹਿੰਦੇ ਤੇਜ ਸਰਪੰਚ ਦੇ ਪਿੰਡ ਦਾ ਨੌਜਵਾਨ ਹੈ, ਇਹਦਾ ਖੁਖਰਾਣਾ ਪਿੰਡ ਹੈ, ਵੀ ਹੱਥ ਜੋੜ ਮੱਛਾ ਟੇਕ ਪਹਿਲੀ ਗੋਡੀ ਪਾਈ ਹੋਵੇ, ਮੈਚ ਲੱਗਾ ਦੇਖ ਤਾੜੀ ਦਰਸ਼ਿਆਂ ਬਜਾਈ ਹੋਵੇ, ਟੱਚ ਲਾ ਹੰਦਿਆਂ ਦੇ ਕੋਲੇ ਖੜਦਾ, ਫੇਰ ਦਿਲ ਗੱਭਰੂ ਦਾ ਉੱਡਜੂ ਕਰਦਾ, ਆਓ ਫੇਰ ਦਿਲ ਗੱਭਰੂ ਦਾ ਉੱਡਜੂ ਕਰਦਾ ਗੁਰੀਂਦਰ ਦੇ ਪਾਸੇ, ਆਓ ਸਾਹਮਣੇ ਕਬੱਡੀ ਪਾ ਕੇ ਵਾਪਸ ਆ ਗਿਆ ਮੇਰੇ ਮਿੱਤਰੋ। ਐਨ ਚੋਟੀ ਦਾ ਮੈਚ ਜਿਹੜਾ ਸ਼ੁਰੂ ਹੋ ਗਿਆ ਖੇਡ ਮੈਦਾਨ ਦੇ ਵਿੱਚ, ਦੋ ਟੀਮਾਂ ਦੇ ਦਰਮਿਆਨ ਐਨ ਤਗੜੀ ਝਪਟ ਜਿਹੜੀ ਹੋਵੇਗੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਲਾਓ ਦੇਖਦੇ ਵੀ ਕਮਾਲ ਨੌਜਵਾਨ, ਆਹ ਦੋ ਦੋ ਕਬੱਡੀਆਂ ਪੈ ਗਈਆਂ ਮੇਰੇ ਮਿੱਤਰੋ। ਲਾਓ ਗੁਰੀ ਨੌਜਵਾਨ ਖੁਖਰਾਣੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਚਾਰ ਜਾਫੀ ਬਿਲਕੁਲ ਤਿਆਰ ਪੁਰ ਤਿਆਰ ਨੇ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਬਈ, ਮਾਰ ਮਾਰ ਧੌਲਾ ਪੈਣ ਕੱਢਣਗੇ ਅੱਜ ਅੱਗ ਬਈ। ਐਨ ਅੱਗ ਨਿਕਲੀ ਜਿੰਨੇ ਮੈਚ ਹੋਏ ਚੋਟੀ ਦੇ ਹੋਏ ਹੈ। ਲਾਓ ਸਾਹਮਣੇ ਕਮਾਲ।